ਕੇਂਦਰ ਸਰਕਾਰ ਦੁਆਰਾ ਲਿਆਂਦੇ ਗਏ ਨਵੇਂ ਖੇਤੀਬਾੜੀ ਕਾਨੂੰਨਾਂ ਦੇ ਚਲਦੇ ਦੇਸ਼ ਭਰ ਵਿੱਚ ਹੜਤਾਲ ਦੇ ਚਲਦੇ ਬਟਾਲਾ ਵਿੱਚ ਪੰਜਾਬ ਰੋਡਵੇਜ਼ ਅਤੇ ਪਨਬਸ ਮੁਲਾਜ਼ਮ ਯੂਨੀਅਨ ਵੱਲੋਂ ਬਟਾਲਾ ਬੱਸ ਅੱਡੇ ਤੇ ਸਾਰੀਆਂ ਬੱਸਾਂ ਨੂੰ ਰੋਕ ਕੇ ਬੱਸ ਅੱਡੇ ਉੱਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਨਾਲ ਹੀ ਚੇਤਾਵਨੀ ਦਿੱਤੀ ਗਈ ਕਿ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਮੁਲਾਜ਼ਮ ਅਤੇ ਮਜ਼ਦੂਰ ਮਾਰੂ ਨੀਤੀਆਂ ਅਤੇ ਸਰਕਾਰੀ ਅਦਾਰਿਆਂ ਦਾ ਨਿੱਜੀਕਰਨ ਸਰਕਾਰਾਂ ਬੰਦ ਕਰਨ, ਨਹੀਂ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਉੱਥੇ ਹੀ ਰੋਸ ਪ੍ਰਦਰਸ਼ਨ ਦੌਰਾਨ ਮੁਲਾਜ਼ਮਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਦੁਆਰਾ ਲਿਆਂਦੇ ਗਏ ਖੇਤੀਬਾੜੀ ਕਾਨੂੰਨ, ਮੁਲਾਜ਼ਮ ਅਤੇ ਮਜ਼ਦੂਰ ਮਾਰੂ ਨੀਤੀਆਂ ਦੇ ਖਿਲਾਫ਼ ਇਹ ਸੰਘਰਸ਼ ਸ਼ੁਰੂ ਕੀਤਾ ਗਿਆ ਅਤੇ ਨਾਲ ਹੀ ਇਹਨਾਂ ਨੀਤੀਆਂ ਦੇ ਚਲਦੇ ਪੰਜਾਬ ਸਰਕਾਰ ਵੀ ਸਰਕਾਰੀ ਅਦਾਰਿਆਂ ਦਾ ਨਿੱਜੀਕਰਨ ਕਰਦੀ ਦਿਖਾਈ ਦੇ ਰਹੀ ਹੈ ਅਤੇ ਅਜਿਹੀਆਂ ਨੀਤੀਆਂ ਦੇਸ਼ ਹਿੱਤ ਵਿੱਚ ਨਹੀਂ ਹਨ। ਇਸ ਦੇ ਨਾਲ ਮੁਲਾਜ਼ਮ ਖਤਮ ਹੋਣ ਦੀ ਕਗਾਰ ਉੱਤੇ ਆ ਜਾਣਗੇ ਅਤੇ ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਆਪਣੀਆਂ ਮੰਗਾਂ ਦੇ ਬਾਰੇ ਦੱਸਦੇ ਹੋਏ ਕਿਹਾ ਕਿ ਕਿਰਤ ਕਾਨੂੰਨਾਂ ਵਿੱਚ ਕੀਤੇ ਗਏ ਸੋਧ ਨੂੰ ਸਰਕਾਰ ਵੱਲੋਂ ਵਾਪਸ ਲਿਆ ਜਾਣਾ ਚਾਹੀਦਾ ਹੈ। ਬਿਜਲੀ ਬਿੱਲ ਵੀ ਰੱਦ ਕੀਤੇ ਜਾਣੇ ਚਾਹੀਦੇ ਹਨ। ਕਿਸਾਨ ਮਜ਼ਦੂਰ ਵਿਰੋਧੀ ਕਾਲੇ ਕਾਨੂੰਨ ਵੀ ਰੱਦ ਕੀਤੇ ਜਾਣੇ ਚਾਹੀਦੇ ਹਨ। ਉੱਥੇ ਹੀ ਸਰਕਾਰ ਨੂੰ ਸਰਕਾਰੀ ਅਦਾਰਿਆਂ ਦਾ ਨਿੱਜੀਕਰਨ ਵੀ ਬੰਦ ਕਰ ਦੇਣਾ ਚਾਹੀਦਾ ਹੈ। ਇਸ ਤੋਂ ਇਲਾਵਾ ਉਹਨਾਂ ਦਾ ਇਹ ਵੀ ਕਹਿਣਾ ਸੀ ਕਿ ਜੇਕਰ ਸਰਕਾਰਾਂ ਨੇ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਹ ਆਪਣਾ ਸੰਘਰਸ਼ ਹੋਰ ਤੇਜ਼ ਕਰਨਗੇ। ਇਹ ਜੋ ਕੇਂਦਰ ਸਰਕਾਰ ਉੱਤ ਪੰਜਾਬ ਸਰਕਾਰ ਜਿਹੜੇ ਕਿਰਤ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਆ ਔਰ ਕਿਸਾਨਾਂ ਦੀਆਂ ਮਾਰੂ ਨੀਤੀਆਂ ਔਰ ਬਿਜਲੀ ਬਿੱਲਾਂ 'ਤੇ ਆ, ਇਹਨਾਂ ਦੀਆਂ ਨੀਤੀਆਂ ਦੇ ਉੱਤੇ ਅਸੀਂ 27 ਤਰੀਕ ਨੂੰ 27-10 ਨੂੰ ਲੁਧਿਆਣੇ ਬੱਸ ਸਟੈਂਡ 66 ਡੀਪੂਆਂ ਦੀ ਜੌਨ ਰੈਲੀ ਕੀਤੀ ਸੀ ਔਰ ਬਾਅਦ ਦੇ ਵਿੱਚ 4-11 ਨੂੰ ਜਲੰਧਰ ਬੱਸ ਸਟੈਂਡ ਕੀਤੀ ਸੀ ਔਰ ਮਿਤੀ 12-11 ਨੂੰ ਅੰਮ੍ਰਿਤਸਰ ਬੱਸ ਸਟੈਂਡ ਦੇ ਉੱਤੇ 6 ਡੀਪੂਆਂ ਦੀ ਜੌਨ ਰੈਲੀ ਕੀਤੀ ਸੀ। ਅੱਜ 26 ਤਰੀਕ ਵਾਲੀ ਆ ਦੇਸ਼ ਵਿਆਪੀ ਹੜਤਾਲ ਆ ਕਿਰਤ ਕਾਨੂੰਨ ਦੇ ਉੱਤੇ, ਜਿਹੜੇ ਮਾੜੇ ਕਾਨੂੰਨ ਲੈ ਕੇ ਆ ਰਹੀ ਆ ਮੋਦੀ ਸਰਕਾਰ ਔਰ ਬਹੁਤ ਮਾੜੇ ਕਾਨੂੰਨ ਆ ਬਿਜਲੀ ਬਿੱਲਾਂ ਵਾਸਤੇ ਜਾਂ ਪੰਜਾਬ ਸਰਕਾਰ ਜਿਹੜੀਆਂ ਮੰਨਦੀ ਜਿਹੜੀਆਂ ਮੰਗਾਂ ਵਾ ਮੰਨਣ ਯੋਗ ਆ ਉਹ ਨਹੀਂ ਮੰਨ ਰਹੀ ਔਰ ਸਰਕਾਰ ਦੀਆਂ ਜਿੰਨੀਆਂ ਵੀ ਨੌਕਰੀਆਂ ਵਾ ਉਹ ਖਤਰੇ 'ਚ ਆ, ਕੋਈ ਵੀ ਗਾਂਹ ਸਰਕਾਰ ਦੀ ਨੌਕਰੀ ਬਚੀ ਨਹੀਂ ਜਾ ਰਹੀ। ਇਸ ਕਰਕੇ ਸਾਡੀਆਂ ਮੰਗਾਂ ਵਾਂ ਕਿ ਪੰਜਾਬ ਸਰਕਾਰ ਪੰਜਾਬ ਰੋਡਵੇਜ਼ ਵਿੱਚ ਗੱਡੀਆਂ ਪਾਉਣ ਔਰ ਪੰਜਾਬ ਰੋਡਵੇਜ਼ ਵਿੱਚ ਬੰਦਿਆਂ ਨੂੰ ਜਿੰਨੇ ਵੀ 12 ਸਾਲ ਤੋਂ ਕੰਮ ਕਰ ਰਹੇ ਆ ਉਹਨਾਂ ਨੂੰ ਪੱਕਿਆਂ ਕੀਤਾ ਜਾਏ ਔਰ PRTC ਦੇ ਵਿੱਚ ਮਿਲਾਉਣ ਜਾ ਰਹੀ ਆ, ਕਾਰਪੋਰੇਸ਼ਨ ਬਣਾ ਰਹੀ ਆ ਪੰਜਾਬ ਰੋਡਵੇਜ਼ ਨੂੰ, ਉਹਨੂੰ ਨਾਮ ਲਾਇਆ ਜਾਏ ਔਰ 2407 ਬੱਸਾਂ ਦਾ ਜਿਹੜਾ ਫਲੀਟ ਆ ਪੂਰਾ ਕੀਤਾ ਜਾਏ, ਕਿਉਂਕਿ ਆਬਾਦੀ ਦੇ ਹਿਸਾਬ ਨਾਲ ਤਾਂ ਹੁਣ 12-13 ਹਜ਼ਾਰ ਬੱਸ ਚਾਹੀਦੀ ਪੰਜਾਬ ਰੋਡਵੇਜ਼ ਦੀ, ਪਰ ਅਸੀਂ 2407 ਦਾ ਹੀ ਫਲੀਟ ਮੰਗਣ ਡਿਆ। 2407 ਜਿਹੜੀਆਂ ਬੱਸਾਂ ਵਾ ਉਹ ਪਾਈਆਂ ਜਾਣ, ਉਹ ਬੰਦੇ ਜਿਹੜੇ ਆ ਬੱਸਾਂ ਸਮੇਤ ਰੋਡਵੇਜ਼ ਵਿੱਚ ਪੱਕਾ ਕੀਤਾ ਜਾਏ ਔਰ ਟਾਈਮ ਟੇਬਲਾਂ 'ਤੇ ਸੋਧ ਕੀਤੀ ਜਾਏ, ਜੋ ਰੋਡਵੇਜ਼ ਦੇ ਹੱਕ 'ਚ ਟਾਈਮ ਟੇਬਲ ਆ ਉਹ ਬਣਾਏ ਜਾਣ ਔਰ ਪੰਜਾਬ ਸਰਕਾਰ ਔਰ ਕੇਂਦਰ ਸਰਕਾਰ ਇਹ ਜਿਹੜੀਆਂ ਆਪਣੀਆਂ ਸਰਕਾਰਾਂ ਸਰਕਾਰੀ ਨੌਕਰੀਆਂ ਵਾ ਇਹਨੂੰ ਬਹਾਲ ਕਰੇ ਔਰ ਜਿਹੜਾ ਆਉਣ ਵਾਲਾ ਸਮਾਂ ਵਾ ਉਹ ਠੀਕ ਨਿਕਲੇ। ਇਹ ਇਸ ਤੋਂ ਬਾਅਦ ਅਸੀਂ ਮੀਟਿੰਗ ਰੱਖ ਰਹੇ ਹਾਂ ਥੋੜ੍ਹੇ ਟਾਈਮ ਤੱਕ ਔਰ ਇਸ ਤੋਂ ਵੱਧ ਕੇ ਅਸੀਂ ਐਕਸ਼ਨ ਕਰਾਂਗੇ, ਜੋ ਵੀ ਸਾਡੇ ਕੋਲ ਹੋ ਸਕੂਗਾ ਉਹ ਕਰਾਂਗੇ। ਬਾਕੀ ਅਜੇ ਤੱਕ ਸਰਕਾਰ ਜਿਹੜੀ ਆ ਕੋਈ ਹੋਈ ਸੀ, ਪ੍ਰਮੁੱਖ ਸਕੱਤਰ ਨਾਲ ਮੀਟਿੰਗ ਹੋਈ ਆ, ਉਹ ਵੀ ਲਾਰੇ ਲੱਤੀ ਲਾਉਣ ਡੀ ਆ, ਕਿਉਂਕਿ ਅਕਾਲੀ ਸਰਕਾਰ ਨੇ ਵੀ ਇੱਕ 2016 ਐਕਟ ਬਣਾਇਆ ਸੀ, ਉਹਨਾਂ ਨੇ ਵੀ ਉਹ ਲਾਗੂ ਨਹੀਂ ਕੀਤਾ ਔਰ ਇਹ ਕਹਿੰਦੇ ਅਸੀਂ ਆਪਣਾ ਇੱਕ ਕਾਨੂੰਨ ਅਲੱਗ ਬਣਾਉਣਾ ਵਾ ਐਕਟ, ਪਰ ਅਜੇ ਤੱਕ ਲਾਰੇ ਲੱਪੇ ਲਾ ਰਹੀ ਆ ਕਿਸਾਨ, ਮਤਲਬ ਸਰਕਾਰ ਅਜੇ ਤੱਕ ਠੋਸ ਸਬੂਤ ਨਹੀਂ ਆ ਕੋਈ ਕਿ ਜਾਂ ਇਹਨਾਂ ਨੂੰ ਪੱਕੇ ਕਰੂਗੀ ਜਾਂ ਰੋਡ ਵਿੱਚ ਬੱਸਾਂ ਪਾਉਣਗੇ। ਇਸ ਕਰਕੇ ਸਾਡੀ ਜਿਹੜੀ ਆ ਰੋਸ ਆ ਇੱਕ ਕਿਸਾਨਾਂ ਵਾਸਤੇ, ਜੋ ਵੀ ਆਪਣਾ ਮਾੜੀਆਂ ਮਾੜੂ ਨੀਤੀਆਂ ਲੈ ਕੇ ਆ ਰਹੀ ਆ ਸਰਕਾਰ ਇਹ ਨਹੀਂ ਚਾਹੀਦੀਆਂ, ਕਿਉਂਕਿ ਕਿਸਾਨ ਇੱਕ ਹਰ ਇੱਕ ਨੂੰ ਰੋਟੀ ਦਿੰਦਾ ਵਾ, ਉਹ ਵੇਖੋ ਅੱਜ ਜਿਤਨਾ ਰੋਡਾਂ 'ਤੇ ਉਤਰ ਰਹੇ ਆ, ਇਹ ਮਤਲਬ ਆਪਣੀਆਂ ਸਰਕਾਰਾਂ ਦੇ ਕੇਂਦਰ ਸਰਕਾਰਾਂ ਦੇ ਔਰ ਸਰਕਾਰਾਂ ਦੇ ਉਹਨਾਂ ਦੇ ਆ ਜ਼ਿੰਮੇਵਾਰੀ ਬਣਦੀ ਆ ਉਹਨਾਂ ਨੂੰ ਇਹਨਾਂ ਨੂੰ ਸਹੀ ਕਰਨਾ ਕਿ ਦਬਾਉਣਾ ਨਹੀਂ ਆ, ਇਹਨਾਂ ਦੇ ਜੋ ਹੱਕ ਆ ਉਹ ਦੇਣੇ ਬਣਦੇ ਆ। ਵੀ ਜੋ ਅੱਜ ਹੜਤਾਲ ਕੀਤੀ ਜਾ ਰਹੀ ਹੈ ਇਹ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਜੋ ਸਰਕਾਰੀ ਅਦਾਰਿਆਂ ਜਾਂ ਇਹਨਾਂ ਦੇ ਨਿੱਜੀਕਰਨ ਦੇ ਵਿਰੋਧ ਦੇ ਵਿੱਚ ਕੀਤੀਆਂ ਜਾ ਰਹੀਆਂ ਨੇ, ਜੋ ਖੇਤੀ ਬਿੱਲ ਲੈ ਕੇ ਆ ਰਹੇ ਨੇ, ਕਿਰਤ ਕਾਨੂੰਨਾਂ ਦੇ ਵਿੱਚ ਸੋਧ ਕੀਤੀ ਜਾ ਰਹੀ ਹੈ ਅਤੇ ਜੋ ਸਰਕਾਰੀ ਅਦਾਰੇ ਜੋ ਪਬਲਿਕ ਸੈਕਟਰ ਨੇ ਉਹ ਖਤਮ ਕਰਕੇ ਉਹਨਾਂ ਨੂੰ ਕਾਰਪੋਰੇਟ ਘਰਾਣਿਆਂ ਨੂੰ ਕੌਡੀਆਂ ਦੇ ਭਾਅ ਦਿੱਤੇ ਜਾ ਰਹੇ ਨੇ, ਈਵਨ ਕਿ ਸਰਕਾਰ ਜੋ ਹੈ ਫੌਜ ਦੇ ਵਿੱਚ ਜਾਂ ਰੇਲਵੇ ਦੇ ਵਿੱਚ ਵੀ ਨਿੱਜੀਕਰਨ ਦਾ ਕਰਕੇ ਪੂੰਜੀ ਨਿਵੇਸ਼
ਕਾਰਪੋਰੇਟ ਘਰਾਣਿਆਂ ਦਾ ਕਰਵਾ ਕੇ ਸਰਕਾਰੀ ਨੌਕਰੀਆਂ ਖਤਮ ਕਰਕੇ ਠੇਕੇਦਾਰੀ ਸਿਸਟਮ ਨੂੰ ਬੜਾਵਾ ਦੇ ਰਹੀ ਹੈ। ਅਸੀਂ ਉਸ ਦਾ ਵਿਰੋਧ ਕਰਦੇ ਹਾਂ ਅਤੇ ਖੇਤੀ ਜੋ ਕਿ ਇੱਕ ਇਸ ਵੇਲੇ ਇੰਡੀਆ ਦੀ GDP ਜਿਹੜੀ ਹੈ ਮਾਈਨਸ ਦੇ ਵਿੱਚ ਚਲੀ ਗਈ ਹੈ, ਸਿਰਫ ਇੱਕ ਖੇਤੀ ਸੈਕਟਰ ਦੀ 3% ਹੈ, ਇਹ ਉਸ ਨੂੰ ਵੀ ਖਤਮ ਕਰਨ ਜਾ ਰਹੀ ਹੈ। ਅਸੀਂ ਸਾਰਾ ਇਸਦਾ ਵਿਰੋਧ ਕਰਦੇ ਹਾਂ। ਇਹਦੇ ਵਿਰੋਧ ਦੇ ਵਿੱਚ ਅਸੀਂ ਇਹ ਕੇਂਦਰੀ ਟ੍ਰੇਡ ਯੂਨੀਅਨ ਦੇ ਸੱਦੇ 'ਤੇ ਹੜਤਾਲ ਕੀਤੀ ਹੈ। ਪ੍ਰਾਈਮ ਮੁੱਦਲੀ ਗੁਰਦਾਸਪੁਰ ਤੋਂ ਜਤਿੰਦਰ ਕੁੰਟਲ ਦੀ ਰਿਪੋਰਟ।